ਮੈਂ ਅਸੀਂ ਆਪਣੀ ਬੇਟੀ ਨੂੰ ਬਾਹਰ ਭੇਜਿਆ ਸੀ ਘਰ ਦੇ ਹਾਲਾਤਾਂ ਕਾਰਨ ਕਿ ਇਹ ਸਮਝ ਕੇ ਕਿ ਸਾਡੀ ਬੇਟੀ ਨਹੀਂ ਸਾਡਾ ਬੇਟਾ ਹੀ ਹੈ ਜਦੋਂ ਸਾਡੇ ਕੋਲ ਇੱਥੋਂ ਲੈ ਕੇ ਗਏ ਉਦੋਂ ਤਾਂ ਵਧੀਆ ਸੀ ਅਤੇ ਜਾ ਕੇ ਵਧੀਆ ਰਹੀ ਜਦੋਂ ਉੱਥੇ ਲੈ ਕੇ ਗਏ ਜਾ ਕੇ ਉਹਨਾਂ ਨੇ ਫੋਨ ਕਰ ਦਿੱਤੀ ਮੇਰੀ ਬੇਟੀ ਕਿ ਮੈਂ ਮੰਮੀ ਬਹੁਤ ਵਧੀਆ ਹੈ ਜਦੋਂ ਉੱਥੇ ਜਾ ਕੇ ਬਿਮਾਰ ਹੋ ਜਾਂਦੀ ਫਿਰ ਕੋਈ ਨਹੀਂ ਪੁੱਛਦਾ ਗਏਦਾ ਇਹੀ ਉੱਥੇ ਇਤਰਾਜ਼ ਕਰਦੇ ਕਿ ਇਹ ਘਰੇ ਕੰਮ ਦੀ ਕਾਰਨ ਸਾਡੇ ਨਾਲ ਕਰਦੀ ਹੈ ਕਿ ਵੀ ਇਹ ਕੰਮ ਨਹੀਂ ਇਹਦੇ ਕੋਲ ਹੁੰਦਾ ਅਤੇ ਤਦ ਕਹਿੰਦੀ ਕਿ ਮੈਂ ਬਿਮਾਰ ਹਾਂ ਬਾਕੀ ਕਹਿੰਦੇ ਜਦੋਂ ਅਸੀਂ ਪੈਸੇ ਮੰਗੇ ਕਹਿੰਦੇ ਨੇ ਅਸੀਂ 4 ਮਹੀਨੇ ਦੇ ਇਕੱਠੇ ਦੇ ਦਾਂਗੇ ਬਾਅਦ 'ਚੋਂ ਬੇਟੀ ਸਾਡੀ ਜ਼ਿਆਦਾ ਬਿਮਾਰ ਰਹਿਣ ਕਰਕੇ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਭੇਜ ਦਿਉ ਸਾਡੀ ਬੇਟੀ ਨੂੰ ਕਹਿੰਦੇ ਕਿ ਇਹਨੇ ਸਾਡਾ ਕੋਈ ਸਮਾਨ ਤੋੜਿਆ 5,000 ਸਾਨੂੰ ਦੇ ਦਿਉ ਅਤੇ ਆਪਣੀ ਬੇਟੀ ਨੂੰ ਬੁਲਾ ਲਓ ਅਸੀਂ 22,000 ਦੀ ਟਿਕਟ ਕਰਵਾਈ ਆਪਣੀ ਬੇਟੀ ਨੂੰ ਬੁਲਾ ਲਿਆ ਉਸ ਤੋਂ ਬਾਅਦ ਬਿਮਾਰ ਹੀ ਉਦੋਂ ਦੀ ਬਿਮਾਰ ਹੈ ਉਹਨਾਂ ਨੇ ਨਹੀਂ ਪੁੱਛਿਆ ਸਾਨੂੰ ਕਿ ਜਾਂ ਕੋਈ ਸਾਡੀ ਮਦਦ ਨਹੀਂ ਕੀਤੀ ਅਸੀਂ ਉਦੋਂ ਦੇ 1.5 ਸਾਲ ਹੋ ਗਿਆ ਉਦੋਂ ਦੇ ਉਹਨੂੰ ਆਪਣੀ ਬੱਚੀ ਨੂੰ ਲਈ ਫਿਰਨ ਡੇ ਹਾਂ ਕੋਈ ਉਹਨਾਂ ਨੇ ਸਾਨੂੰ ਪੁੱਛਿਆ ਤੱਕ ਨਹੀਂ ਫੋਨ ਵੀ ਬੰਦ ਕਰ ਦਿੱਤੇ ਕਿੰਨੇ ਕੁ ਪੈਸੇ ਉਹਦੇ ਬੇਟੀ 'ਤੇ ਲਾ ਦਿੱਤੇ ਤੁਸੀਂ ਇਲਾਜ ਦੌਰਾਨ ਬੇਟੀ 'ਤੇ 1-1.5 ਲੱਖ ਤਾਂ ਪਹਿਲਾਂ ਹੀ ਲੱਗ ਗਿਆ ਸੀ ਬਾਅਦ 'ਚੋਂ ਹੁਣ ਜਦੋਂ ਬਿਮਾਰ ਹੋਈ 2 ਲੱਖ ਫਿਰ ਲਾ ਦਿੱਤਾ ਕੋਈ ਮਦਦ ਵਾਸਤੇ ਅੱਗੇ ਆਇਆ ਕੋਈ ਆਈ ਤਾਂ ਕੋਈ ਨਹੀਂ ਆਇਆ ਆਪਣਾ ਫੋਨ ਨੰਬਰ ਬੋਲੋ 83 ਹੁਣ ਦਲਜੀਤ ਸਿੰਘ ਆਏ ਅੰਮ੍ਰਿਤਸਰ ਦੇ ਜੋ ਉਹਨਾਂ ਹੁਣ ਸਾਡੀ ਮਦਦ ਕਰਨ ਡੇ ਆ ਹਾਂਜੀ ਕੀ ਕਰਦੇ ਨੇ ਉਹ ਦਲਜੀਤ ਸਿੰਘ ਜੀ ਕੀ ਕੰਮ ਕਰਦੇ ਨੇ ਅੱਛਾ ਤੇ ਤਾਂ ਆਪਣਾ ਫੋਨ ਨੰਬਰ ਬੋਲਿਓ 81-46-12-50-82 ਫਿਰ ਬੋਲਿਓ 81-46-12-50-82 ਮੈਂ ਹੀ ਬੇਟੀ ਉੱਥੇ ਗੁੱਡੀ ਦੇ ਨਾਲ ਗੱਲਬਾਤ ਕੀਤੀ ਉਹਨੇ ਅੰਮ੍ਰਿਤਸਰੋਂ ਆਏ ਪ੍ਰਾਹੁਣੇ ਉਹਨਾਂ ਨੇ ਆਉਂਦੇ ਵੀ ਤੁਹਾਡੀ ਬੇਟੀ ਬਾਹਰ ਲੈ ਜਾਵਾਂਗੇ ਹਾਂਜੀ ਅਤੇ 10,000 ਰੁਪਈਆ ਦੇ ਸਿਖਾ ਦੇਵਾਂਗੇ ਫਿਰ ਵਧਾਵਾਂਗੇ ਹਾਂਜੀ ਅਤੇ ਉੱਥੇ ਜਾ ਕੇ ਉਹਨੂੰ ਇੱਕ ਸਪੀਡ ਪਾੜ ਹੁੰਦਾ ਵੀ ਗਿੱਟਾ ਗੁੱਟਾ ਸੋਡੀ ਗਾ ਦੇ ਅਤੇ ਉਹਨੂੰ ਫਿਰ ਆਉਂਦੇ ਵੀ ਤੁਹਾਨੂੰ ਇੱਥੇ ਇਲਾਜ ਕਰਾਉਂਦੇ ਹਾਂ ਅਤੇ ਹੁਣ ਇਲਾਜ ਲੂਜ ਨਹੀਂ ਉਹਨਾਂ ਕਰਾਇਆ ਹਾਂਜੀ ਅਤੇ ਫਿਰ ਉਹਨਾਂ ਆਉਂਦੇ ਵੀ ਟਿਕਟ ਕਰਾਓ 22,000 ਦੀ ਟਿਕਟ ਕਰਾਈ ਆ ਮੁੜ ਕੇ ਵਾਪਸ ਕਰਾਈ ਆ ਉਹਨਾਂ 5,000 ਸਾਡੇ ਕੋਲ ਵਾਪਸ ਲਿਆ ਵੀ ਇਹਨੇ ਸਾਡੇ ਭਾਂਡੇ ਭੁੰਡੇ ਤੋੜਦੇ ਆ ਹਾਂਜੀ ਕਿੰਨਾ ਕੁ ਦਿਨ ਰਹੀ ਬੇਟੀ ਬਾਹਰ 4 ਕੁ ਮਹੀਨੇ ਰਹੀ ਹਾਂਜੀ ਅਤੇ ਕੋਈ ਪੈਸਾ ਜਿਹਨਾਂ ਨੇ ਗਈ ਸੀ ਉਹਨਾਂ ਨੇ ਕੋਈ ਪੈਸਾ ਪਾਇਆ ਸੀ ਨਾ ਕੋਈ ਪੈਸਾ ਨਹੀਂ ਪਾਇਆ ਜੀ ਕਿੰਨੇ ਕੁ ਪੈਸੇ ਲਾ ਕੇ ਭੇਜਿਆ ਬੇਟੀ ਨੂੰ ਬਾਹਰ ਇਹ 1-1.5 ਲੱਖ ਲੱਗ ਹੀ ਗਿਆ ਅਤੇ ਉਸ ਤੋਂ ਬਾਅਦ ਬਿਮਾਰੀ 'ਤੇ ਬਿਮਾਰੀ 'ਤੇ ਵੀ 2 ਲੱਖ ਲੱਗ ਹੀ ਗਿਆ ਜੀ ਪ੍ਰਸ਼ਨ ਪ੍ਰਸ਼ਨ ਕਰਾਇਆ ਦਾ ਅਤੇ ਕੀ ਕੰਮ ਕਰਦੇ ਤੁਸੀਂ ਕੰਮ ਮੈਂ ਹਲਵਾਈ ਦਾ ਕਰਦਾ ਜੀ ਦਿਹਾੜੀ ਦਾ ਜੀ ਹਾਂਜੀ ਕਦੇ ਲੱਗ ਗਈ ਦਿਹਾੜੀ ਕਦੇ ਨਹੀਂ ਲੱਗ ਗਈ ਕਦੇ ਮੇਰਾ ਲੱਗ ਗਿਆ ਜਦੋਂ ਉਹਨਾਂ ਨੇ ਖੜਿਆ ਪਹਿਲਾਂ ਤਾਂ ਠੀਕ ਸੀ 2 ਮਹੀਨੇ ਬਾਅਦ ਜਦੋਂ ਆਪਾਂ ਪੈਸੇ ਮੰਗੇ ਨਾ 2 ਮਹੀਨਿਆਂ ਬਾਅਦ ਉਦੋਂ ਕਹਿਣ ਡਿਆ ਪਏ ਵੀ ਇਹ ਸਾਡੇ ਭਾਂਡੇ ਭੁੰਡੇ ਤੋੜਦੀ ਆ ਇੱਦਾਂ ਕਰਦੀ ਆ ਇਹ ਝੂਠ ਮਾਰਦੀ ਕਿ ਮੇਰੇ ਦਰਦ ਹੁੰਦੀ ਆ ਵੀ ਮੈਂ ਠੀਕ ਨਹੀਂ ਹਾਂ ਕਹਿੰਦੇ ਜੇ ਇਹ ਝੂਠ ਮਾਰਦੀ ਹੋਏਗੀ ਤਾਂ ਅਸੀਂ ਤੁਹਾਡੇ ਕੋਲ 1,20,000 ਰੁਪਈਆ ਲੈਣਾ ਆ ਅਤੇ ਮੰਮੀ ਹੋਣੀ ਕਹਿੰਦੇ ਕਿ ਚਲੋ ਪਹਿਲਾਂ ਤੁਸੀਂ ਤਾਂ ਟੈਸਟ ਕਰਾ ਕੇ ਵੇਖ ਲਓ ਉਹਦੇ ਟੈਸਟ ਕਰਾਇਆ ਅਤੇ ਉੱਥੇ ਸੱਚੀ ਬਿਮਾਰੀ ਆਈ ਸੀ ਵੀ ਟੈਸਟ ਵਿੱਚ ਵੀ ਥੋੜ੍ਹਾ ਦੁੱਖ ਆਇਆ ਸੀ ਅਤੇ ਫਿਰ ਜਦੋਂ ਘਰ ਆਏ ਅਤੇ ਫਿਰ ਉਹਨਾਂ ਨੇ ਜਦੋਂ ਆਏ ਤਾਂ ਫਿਰ ਕਹਿੰਦੇ ਪਹਿਲਾਂ ਅਸੀਂ ਤਾਂ ਭੇਜਣਾ ਜੇ 5,000 ਰੁਪਈਆ ਦਿਓਗੇ ਤਾਂ ਫਿਰ ਡੈਡੀ ਹੋਣੀ 5,000 ਰੁਪਈਆ ਫਿਰ ਆ ਘਸੀਟਪੁਰ ਉਹਦੇ ਪਾਪਾ ਲੈਣ ਆਏ ਸੀ ਕਹਿੰਦੇ ਆਪਾਂ ਤੁਹਾਡੇ ਪਿੰਡ ਨਹੀਂ ਆ ਸਕਦੇ ਸਾਨੂੰ ਘਸੀਟਪੁਰ ਹੀ ਆ ਕੇ ਦੇ ਕੇ ਜਾਓ ਤੁਸੀਂ ਅਤੇ ਫਿਰ ਪਾਪਾ ਹੁਣੀ ਘਸੀਟਪੁਰ ਹੀ 5,000 ਰੁਪਈਆ ਉਹਨਾਂ ਨੂੰ ਦੇ ਕੇ ਆਏ ਅਤੇ ਫਿਰ ਉਹਨਾਂ ਨੇ ਸਾਡੀ ਅਸੀਂ ਫਿਰ ਟਿਕਟ ਕਰਾਈ ਅਤੇ ਫਿਰ ਆਈ ਫਿਰ ਸਾਡੇ ਘਰ ਕਿਤੇ ਤਾਂ ਮਹਿਸੂਸ ਹੁੰਦੀ ਹੋਏਗੀ ਕਮੀ ਇਸ ਟਾਈਮ ਹਾਂਜੀ
ਆਪਣੀ ਭੈਣ ਦੀ ਵੱਡੀ ਦੀ ਹਾਂਜੀ ਬੜੀ ਕਮੀ ਮਹਿਸੂਸ ਹੁੰਦੀ ਉਹਦੀ।